Obrigado. ਤੁਹਾਡੇ ਦਿਲਾਂ ਦੀ ਧੜਕਣ, ਤੁਹਾਡਾ ਹਰ ਦਿਲ ਅਜ਼ੀਜ਼ ਕਲਾਕਾਰ ਹੈ, ਕਰੀ ਜ਼ੋਰਦਾਰ ਚੀਕਾਂ ਤਾੜੀਆਂ ਕੁਲਵਿੰਦਰ ਬਿੱਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਕਾਤਮਣੀ ਹੋਈ ਹੈ ਹੁਣ, ਰੋਜ਼ ਵਿਆਹਾਂ ਦੇ ਸੀਜ਼ਨ ਲਾਉਣ ਕਰਕੇ ਵਿਆਹ ਵਿੱਚ ਆਏ ਸਾਰੀਆਂ ਸੰਗਤਾਂ ਨੂੰ। ਥੈਂਕਸ ਕਰਦਾ ਜੀ ਧਾਲੀਵਾਲ ਸਾਹਿਬ, ਜਿਨ੍ਹਾਂ ਦੀ ਬਦੌਲਤ ਤੁਹਾਡੇ ਰੂਬਰੂ ਹੋਏ ਸਾਰੇ ਬਾਬਾ ਫਰੀਦ ਵਾਲੇ। ਪਹਿਲਾਂ ਆਪਣੇ ਨਾਂ ਤੇ ਤਾੜੀ ਮਾਰ ਲਓ ਜੀ ਜ਼ੋਰ ਦਾ, ਮਿਹਰਬਾਨੀ, ਸ਼ੁਕਰੀਆ। ਹੁਣ ਜ਼ਿਆਦਾ ਗੱਲਾਂ ਨਾ ਕਰੀਏ, ਸ਼ੁਰੂਆਤ ਕਰੀਏ ਤੁਹਾਡੀਆਂ ਫਰਮਾਇਸ਼ਾਂ ਤੋਂ। ਆਪਣੇ ਨਾਂ ਤੇ ਜ਼ੋਰਦਾਰ ਤਾੜੀ ਮਾਰੋ ਪਹਿਲਾਂ ਖੁੱਲ ਕੇ। ਅੰਗਰੇਜ਼ੀ ਵਾਲੀ ਮੈਡਮ ਤੋਂ ਸਟਾਰਟ ਕਰਦੇ ਫਿਰ। ਹੋਈ ਅੱਖ ਭੂਆ ਤੋਂ ਬਚਾ ਕੇ, ਹੋਏ ਹੋਏ ਆਖਣੇ ਜੇ ਬੜੀ ਅੰਗਰੇਜ਼ੀ ਬੋਲਦਾ, ਹੋਏ ਦਿਨੇ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਆ, ਬਿਨਾ ਪਾਣੀਓਂ ਹੀ ਸੰਗ ਤਲੋਂ ਜੱਟ ਨੇ ਅੰਗਰੇਜ਼ੀ ਵਾਲੀ ਮੱਢ ਮੁੱਢ ਪਾਈ ਹੁੰਦੀ ਆ, ਹੋ ਸੇਮ ਟਾਮਾ
ਸੇਮ ਜਗ੍ਹਾ ਹਾਏ ਹਾਏ ਬਹੁਤ ਜ਼ਿਆਦਾ ਇਕੱਠ ਤੁਹਾਡਾ ਪਿਆ ਇਸ ਲਈ ਮੁਬਾਰਕਬਾਦ ਆ ਜੀ ਬਾਬਾ ਫਰੀਦ ਕਾਲਜ ਦੇ ਸਾਰੇ ਸਾਡਾ ਮਤੋਜ ਵੀਰ ਧਾਲੀਵਾਲ ਸਾਹਿਬ ਬਹੁਤ ਬਹੁਤ ਮੁਬਾਰਕਾਂ ਮੇਰਾ ਜੀ ਕਰਦਾ ਪਹਿਲਾਂ ਯਾਦਾਂ ਸੁਪਨੇ ਗਾ ਦੀਆਂ ਥੋੜ੍ਹਾ ਜਿਹਾ ਰੋਮੈਂਟਿਕ ਤੋਂ ਆਪਾਂ ਹੌਲੀ ਹੌਲੀ ਮਾਹੌਲ ਫਿਰ ਆਪਾਂ ਗਰਮ ਕਰਦੇ ਜਾਵਾਂਗੇ ਠੀਕ ਹੈ ਜੀ ਫਿਰ ਤੁਸੀਂ ਨਾਲੇ ਡਾਂਸ ਜਿੰਨਾ ਮਰਜ਼ੀ ਫਿਰ ਸੱਜਣਾ ਤੇਰੇ ਨੈਣ ਫਰੇਬੀ ਮੇਰੇ ਤੇ ਜਾਦੂ ਕਰਗੇ ਮੇਰੇ ਜਜ਼ਬਾਤ ਡੋਲ ਗਏ ਦਿਲ ਨੂੰ ਬੇਕਾਬੂ ਕਰਗੇ ਜਿੱਧਰ ਵੀ ਦੇਖਾਂ ਸੱਜਣਾ ਦਿਸਦਾ ਤੂੰ ਚਾਰ ਚੁਪੇਰੇ ਤੇਰੇ ਜਾਗਾਂ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ ਜਾਗਾਂ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ ਹੁਣ ਤੁਹਾਡੀ ਤਾੜੀ ਨਾਲ ਗਾਵਾਂਗੇ ਸਾਰੇ ਤਾੜੀ ਰੱਖੋ ਮੇਰੇ ਨਾਲ ਜਿੱਦਾਂ ਮੈਂ ਕਹੂੰਗਾ ਸਾਰੇ ਸੱਜਣਾ ਤੇਰੇ ਨੈਣ ਫਰੇਬੀ ਸਾਰੇ ਇਧਰੋਂ ਨਹੀਂ ਸਵਾਦ ਨਹੀਂ ਆਇਆ ਜੀ ਸਾਡੇ ਮੁੰਡੇ ਢਿੱਲੇ ਦੇਖੋ ਕੁੜੀਆਂ ਦੀ ਤਾੜੀ ਦੇਖੋ ਉਧਰ ਪਿਛਲੇ ਸਾਰੇ ਸੱਜਣਾ ਤੇਰੇ ਨੈਣ ਫਰੇਬੀ ਮੇਰੇ ਤੇ ਜਾਦੂ ਕਰਗੇ ਮੇਰੇ ਜਜ਼ਬਾਤ ਡੋਲਗੇ ਦਿਲ ਨੂੰ ਬੇਕਾਬੂ ਕਰਗੇ ਜਿੱਧਰ ਵੀ ਦੇਖਾਂ ਸੱਜਣਾ ਦਿਸਦਾ ਤੂੰ ਚਾਰ ਚੁਫੇਰੇ ਦਿਸਦਾ ਤੂੰ ਚਾਰ ਚੁਫੇਰੇ ਇੱਧਰ ਮੇਰੇ ਵੀਰ ਇੱਧਰ ਮੇਰੇ ਭਰਾ ਬੈਠੇ ਆ ਤੇ ਇੱਧਰ ਇੱਧਰ ਕੁੜੀਆਂ ਸਾਰੀਆਂ ਨੂੰ ਥੈਂਕ ਯੂ ਪਰ ਤੁਹਾਡੇ ਨਾਲੋਂ ਕੁੜੀਆਂ ਜੋਸ਼ ਚ ਨੇ ਸਹੀ ਗੱਲ ਹੈ ਜੀ ਦੇਖਦਾ ਇੱਕ ਵਾਰੀ ਇੱਧਰੋਂ ਗਵਾਉਣਾ ਇੱਕ ਵਾਰੀ ਇੱਧਰੋਂ ਗਵਾਉਣਾ ਦੇਖਦੇ ਕਿਹੜਾ ਜ਼ਿਆਦਾ ਕਰਾਂ ਜਾਗਾਂ ਤਾਂ ਯਾਦਾਂ ਤੇਰੀਆਂ ਦੇਖਿਓ ਲੇਡੀ ਤਾਂ ਵੱਡੇ ਵੱਡਿਆਂ ਨੂੰ ਬੋਲਣੋਂ ਹਟਾ ਦਿੰਦੀ ਨੇ ਹੁਣ ਦੇਖਿਓ ਤੁਸੀਂ ਜਿਹੜੇ ਵਿਆਹੇ ਹੋਏ ਨੇ ਕੋਈ ਕਹਿ ਕੇ ਦਿਖਾ ਦੋ ਵੀ ਮੈਂ ਤਾਂ ਬੜਾ ਚੱਕ ਮੈਂ ਦੇਖਿਓ ਹੁਣ ਜਾਗਾਂ ਤਾਂ ਯਾਦਾਂ ਤੇਰੀਆਂ ਇਹ ਕੰਨ ਖਾ ਦੇਣਗੀਆਂ ਕੁੜੀਆਂ ਜੰਡਾ ਵਾ ਹੁਣ ਖਿੱਚ ਕੇ ਮੇਰੇ ਵੀਰੇ ਠੀਕ ਹੈ ਬੇਇੱਜ਼ਤੀ ਨਹੀਂ ਕਰਾ ਦੇਣੀ ਜਾਗਾਂ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ ਜਾਗਾਂ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ ਜਾਗਾਂ ਤਾਂ ਯਾਦਾਂ ਤੇਰੀਆਂ ਓਏ ਸੋਵਾਂ ਤਾਂ ਸੁਪਨੇ ਤੇਰੇ ਅੱਖੀਆਂ ਵਿੱਚ ਨੀਂਦ ਨਾ ਪੈਂਦੀ ਤੇਰੇ ਬਿਨ ਜੀ ਨਹੀਂ ਲੱਗਦਾ
ਲੱਗਦਾ, ਅੱਖੀਆਂ ਵਿੱਚ ਨੀਂਦ ਨਾ ਪੈਂਦੀ, ਤੇਰੇ ਬਿਨ ਜੀ ਨੀ ਲੱਗਦਾ। ਮੰਗਦੀ ਆ ਦਿਲੋਂ ਦੁਆਵਾਂ ਤੇਰੇ ਨਾਲ ਹੋਣ ਸਵੇਰੇ, ਤੇਰੇ ਨਾਲ ਹੋਣ ਸਵੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਸੌਵਾਂ ਤਾਂ ਸੁਪਨੇ ਤੇਰੇ। ਜਾਗਾ ਤਾਂ ਯਾਦਾਂ ਤੇਰੀਆਂ, ਓਏ ਸੌਵਾਂ ਤਾਂ ਸੁਪਨੇ ਤੇਰੇ। ਹਾਂਜੀ ਹੁਣ ਚੱਕਦੇ ਥੋੜਾ ਜਿਹਾ ਕੰਮ ਆਪਾਂ। ਆਥਣੇ ਜੇ ਬੜੀ ਅੰਗਰੇਜ਼ੀ ਬੋਲਦਾ ਦਿਨੇ ਜੇ ਟਾ ਕਿਹੜੇ ਖੁੰਜੇ ਲਾਈ ਹੁੰਦੀ ਆ। ਰੱਖੀ ਮੇਰੇ ਵੀਰੇ ਸਾਈਡ ਤੇ ਉਹਦੇ ਇੱਥੇ ਲੈ ਕੇ ਛੱਡਣਾ ਜਵਾਬ ਗੱਲ ਇੱਕ ਦਾ, ਫਿਰ ਜੱਟਾ ਹੋ ਗਿਆ ਰੂਟੀਨ ਤੇਰਾ ਨਿੱਤ ਦਾ। ਕਿੱਥੇ ਜਾਂਦਾ ਤੇਰਾ ਐਟੀਟਿਊਡ ਵੇ, ਫੇ ਬੜੀ ਮਿੱਠੀਆਂ ਗੱਲਾਂ ਦੀ ਲੋਰੀ ਆਈ ਹੁੰਦੀ ਆ। ਹਾਂਜੀ ਸਾਡੇ ਚੰਨੀ ਸਾਹਿਬ ਜੀ ਆਇਆਂ ਨੂੰ ਜੀ, ਥੋੜੇ ਦਿਨ ਪਹਿਲਾਂ ਅਸੀਂ ਜੇ ਡਬਲਯੂ ਮੈਰਿਟ ਦੇ ਵਿੱਚ ਇੱਕ ਫੰਕਸ਼ਨ ਤੇ ਮਿਲੇ ਸੀਗੇ। ਯਾਰ ਦੇ ਵਿਆਹ ਚ ਕੱਪਾ ਬਣ ਗਿਆ ਸੀ ਸੀਨਾ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ। ਹੁਣ ਬੜੀ ਗੱਲ ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ, ਬੁਲਾਈ ਜਾਂਦੇ ਆ ਨੀ ਆ ਗਿਆ ਯਾਰਾਂ ਦਾ ਮੈਨੂੰ ਫੋਨ, ਲੱਗੇ ਆ ਇਕੱਠੇ ਹੋਣ। ਤੀਜਾ ਚੌਥਾ ਲਾ ਲਿਆ ਹੋਣਾ ਏ, ਪੱਗ ਸਿਰਾਂ ਤੇ ਰੱਖ ਕੇ ਭੰਗੜਾ ਪਾ ਲਿਆ ਹੋਣਾ। ਹੁਣ ਤੱਕ ਤਾਂ ਤੀਜਾ ਚੌਥਾ ਲਾ ਲਿਆ ਹੋਣਾ ਏ, ਪੱਗ ਸਿਰਾਂ ਤੇ ਰੱਖ ਕੇ ਭੰਗੜਾ ਪਾ ਲਿਆ ਹੋਣਾ ਏ। ਅੰਗਰੇਜ਼ੀ ਵਾਲੀ ਮੈਡਮ ਲਾ ਕੇ ਹੇਠਾਂ ਲਾਈ ਜਾਂਦੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ। ਹਾਂਜੀ ਆਹਾ
ਬੈਠੇ ਆ ਕੋਈ ਪ੍ਰੋਬਲਮ ਹੈ ਤੁਹਾਨੂੰ ਖੁੱਲ ਕੇ ਹੱਥ ਖੜੇ ਕਰਕੇ ਕਰਾਂ ਸ਼ੁਕਰ ਬੜਾ ਸ਼ਿਵ ਜੋ ਤੈਨੂੰ ਛੁੱਟੀ ਦੇ ਦੇਵੇ ਜਾ ਕਰ ਲੈ ਫਨ ਯਾਰਾਂ ਨਾਲ ਜੇ ਤੂੰ ਕਹਿ ਦੇਵੇ। ਹਾਂਜੀ ਸਾਡੇ ਮੋਫਰ ਸਾਹਿਬ ਸਾਡੇ ਆਪਣੇ ਇਲਾਕੇ ਦੇ ਜੀ, ਮੈਂ ਵੀ ਮਾਨਸਾ ਤੋਂ ਹਾਂ ਜੀ। ਫਰਮਾਇਸ਼ ਹੋਈ ਹੈ ਜੀ ਕਾਲੇ ਰੰਗ ਦੇ ਯਾਰ, ਉਹ ਵੀ ਮੈਂ ਗਾਊਂਗਾ ਜੀ ਸਪੈਸ਼ਲ। ਕਰਾਂ ਸ਼ੁਕਰ ਬੜਾ ਸ਼ਿਵ ਜੋ ਤੈਨੂੰ ਛੁੱਟੀ ਦੇ ਦੇਵੇ ਜਾ ਕਰ ਲੈ ਫਨ ਯਾਰਾਂ ਨਾਲ ਜੇ ਤੂੰ ਕਹਿ ਦੇਵੇ। ਤੇਰਾ ਹੁਸਨ ਜਾਪਦਾ ਜੇਲ ਤੇ ਨਖਰੇ ਹੋਰ ਸਤਾਈ ਜਾਂਦੇ ਆ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ। ਕਦੋਂ ਦਾ ਸੋਚਾਂ ਪਾਵਾਂ ਕੀ ਕਹਾਣੀ ਮੈਂ, ਤੈਨੂੰ ਕੀ ਦੱਸਾਂ ਹੁਣ ਕਿਉਂ ਨੀ ਰੋਟੀ ਖਾਣੀ ਮੈਂ, ਮੈਂ ਕਦੋਂ ਦਾ ਸੋਚਾਂ ਪਾਵਾਂ ਕੀ ਕਹਾਣੀ ਮੈਂ, ਤੈਨੂੰ ਕੀ ਦੱਸਾਂ ਹੁਣ ਕਿਉਂ ਨੀ ਰੋਟੀ ਖਾਣੀ ਮੈਂ, ਮੈਨੂੰ ਘਰੇ ਬੈਠੇ ਨੂੰ ਬਿਸਕੀ ਵਾਲੇ ਕੀੜੇ ਖਾਈ ਜਾਂਦੇ ਆ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ, ਤੇਰੇ ਕੋਲ ਜੀ ਨੀ ਲੱਗਣਾ ਨੀ ਹੁਣ ਮੇਰੇ ਯਾਰ ਬੁਲਾਈ ਜਾਂਦੇ ਆ। ਥੋੜਾ ਜਿਹਾ ਖੁੱਲ ਕੇ ਤਾੜੀ ਮਾਰੋ ਮੇਰੇ ਵੀਰੋ, ਹੁਣ ਤੁਹਾਡੇ ਲਈ ਗੀਤ ਗਾਇਆ ਮੈਂ। ਸਾਰੇ ਘਰ ਵਾਲੀਆਂ ਤੋਂ ਡਰਦੇ ਹੁੰਦੇ ਨੇ, ਮਸਾਂ ਹੀ ਇਜਾਜ਼ਤ ਮਿਲਦੀ ਹੈ ਜਾਣ ਲਈ, ਵੱਡੇ ਤੋਂ ਵੱਡੇ ਡਰਦੇ ਆ ਜੀ, ਮੰਤਰੀ ਸਾਹਿਬ ਵੀ ਡਰਦੇ ਹੋਣੇ ਜੀ। ਇਹ ਸੱਚੀ ਕਹਾਣੀ ਹੈ ਜੀ ਘਰ ਦੀ, ਮੈਂ ਵੀ ਵਿਆਹ ਹੋਇਆ, ਹੁੰਦੀਆਂ ਨੇ ਜੀ ਗੱਲਾਂ। ਅੱਖ ਭੂਆ ਤੋਂ ਬਚਾ ਕੇ ਡੁੱਬ ਜਾਣੀਏ, ਫਿਰ ਤੂੰ ਵੀ ਸ਼ਿਕੇ ਦੇ ਲੁੱਟਦੀ ਨਾ ਧਾਰੇ ਸੀ ਓਏ, ਹੋਇਆ ਮੇਰਾ ਸੱਜਣ ਕਾਲਾ ਵੀ ਮੈਂ ਕੁੜੀਆਂ ਦੀ ਸਰਦਾਰ। ਮੈਨੂੰ ਪਤਾ ਤੁਹਾਡਾ ਸੁਣਨ ਨੂੰ ਮਾਹੌਲ ਥੋੜਾ ਪੂਰਾ ਨੱਚਣ ਵਾਲਾ ਬਣਿਆ ਹੋਇਆ, ਪਰ ਇਹ ਵੀ ਮੈਂ ਸੁਣਾ ਕੇ ਜਾਣਾ ਕਿਉਂਕਿ ਮੰਤਰੀ ਸਾਹਿਬ ਹੋਰਾਂ ਦੀ ਫਰਮਾਇਸ਼ ਹੈਗੀ। ਠੀਕ ਆ ਜੀ। ਹਾਂ ਆਥਣੇ ਚ ਬੜੀ ਅੰਗਰੇਜ਼ੀ ਬੋਲਦਾ, ਜਿਹਨੇ ਤੇ ਟੱਕਰੇ ਕੁੰਜ ਲਾਈ ਹੁੰਦੀ ਆ, ਆਥਣੇ ਚ ਬੜੀ ਅੰਗਰੇਜ਼ੀ ਬੋਲਦਾ। Oh,
ਕੁਛ ਖਾਧਾ ਭੁੱਖੇ ਤਾਂ ਨਹੀਂ ਪਰ ਸੀਟਾਂ ਰੋਕੀਆਂ ਹੋਈਆਂ ਨੇ ਸਾਰਿਆਂ ਨੇ ਆਪਣੀ ਆਪਣੀ ਇੱਕ ਦੂਜੇ ਤੇ ਐ ਖੜੇ ਹੋ ਮੋਢਿਆਂ ਦੇ ਪਰ ਜ਼ੋਰ ਘੱਟ ਹੈ ਲੱਗਦਾ ਮੇਰਾ ਜੀ ਕਰਦਾ ਮੈਂ ਥੱਲੇ ਆਊਂਗਾ ਠੀਕ ਹੈ ਤੁਸੀਂ ਮੰਤਰੀ ਸਾਹਿਬ ਨੱਚਦੇ ਦੇਖਿਓ ਜੀ ਹੁਣ ਫਿਰ ਹਾਂਜੀ ਕਾਲੀਆ ਸਾਹਿਬ ਬਹੁਤ ਸੋਹਣੇ ਲੱਗ ਰਹੇ ਪਹਿਲਾਂ ਫਿਰ ਜੀ ਪੱਗ ਦੀ ਕਿਆ ਬਾਤ ਆ ਮੈਂ ਥੱਲੇ ਆਉਣ ਲੱਗਾ ਥੋੜਾ ਜਿਹਾ ਰੌਲਾ ਪਾ ਕੇ ਸਵਾਦ ਫੇਰ ਹੀ ਆਉਂਦਾ ਜੱਟਾ ਨਚਾ ਕੇ ਜਾਊਂ ਮੈਂ ਤੁਹਾਡੇ ਕਰਕੇ ਆਇਆ ਥੱਲੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਹੁਣ ਰੱਖੋ ਤੁਸੀਂ ਜਿਹੜੀ ਫਰਮਾਇਸ਼ ਮੈਂ ਪੂਰੀ ਕਰਕੇ ਜਾਊਂਗਾ ਜੀ ਰੱਖੀ ਪੰਜਵਾਂ ਨਹੀਂ ਨਹੀਂ ਖੜਾ ਨਹੀਂ ਸੁਣਾ ਦੇਣਾ ਉਹ ਕੀ ਹੋਇਆ ਮੇਰਾ ਸੱਜਣ ਕਾਲਾ ਵੇ ਮੈਂ ਕੁੜੀਆਂ ਦੀ ਸਰਦਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਹੋ ਤੇਰਾ ਕਾਲੇ ਰੰਗ ਦਾ ਯਾਰ ਵੇ ਮੈਨੂੰ ਕੁੜੀਆਂ ਕਹਿੰਦੀਆਂ ਵੇ ਮੈਨੂੰ ਕੁੜੀਆਂ ਕਹਿੰਦੀਆਂ ਮੈਂ
ਪਿੱਛੇ ਬੋਲਣਾ ਹੈ। ਆਖਣੇ ਜੇ ਬੜੀ ਅੰਗਰੇਜ਼ੀ ਬੋਲਦਾ, ਸੱਚੀ ਗੱਲ ਆ, ਆਖਣੇ ਜੇ ਬੜੀ ਅੰਗਰੇਜ਼ੀ ਬੋਲਦਾ ਹੋ ਸੇਮ ਟਾਈਮ। ਇੱਕ ਪਾਸੇ ਜਗ੍ਹਾ ਇੱਧਰ ਹੋਈ ਜਾਂਦੀ ਹੈ, ਇੱਕ ਪਾਸੇ ਸੇਮ ਟਾਈਮ ਸੇਮ ਟਾਈਮ ਸੇਮ ਟਾਈਮ ਸੇਮ ਜਗ੍ਹਾ ਅਗਲੇ ਹੋ ਤੂੰ, ਸੇਮ ਟਾਈਮ ਸੇਮ ਜਗ੍ਹਾ ਅਗਲੇ ਹੋ ਤੂੰ। ਫਿਰ ਮਰ ਜਾਣੀ ਅੱਗ ਜੰਦ ਤੇ ਖੜੀ, ਬੁਰਾ ਹਾਲ ਸੀ ਓਏ ਗਿਰਦ ਪੈਰਾ ਉਹਦਾ, ਬੁਰਾ ਹਾਲ ਸੀ ਓਏ ਗਿਰਦ ਪੈਰਾ ਉਹਦਾ, ਬੁਰਾ ਹਾਲ ਹੋਇਆ ਅਗਲੇ ਹੀ ਦਿਨ ਸੁੱਟ ਪਾ ਲਾਲ ਸੀ ਉੱਤ ਸਿਖਰਦ ਪੈਰਾ ਉਹਦਾ, ਬੁਰਾ ਹਾਲ ਸੀ ਓਏ ਗਿਰਦ ਪੈਰਾ ਉਹਦਾ, ਬੁਰਾ ਹਾਲ ਸੇਮ ਟਾਈਮ ਸੇਮ ਜਗ੍ਹਾ ਅਗਲੇ ਹੋ ਤੂੰ, ਫਿਰ ਮਰ ਜਾਣੀ ਅੱਗ ਜੱਤ ਤੇ ਖੜੀ ਓਏ ਸੇਮ ਟਾਈਮ ਸੇਮ ਜਗ੍ਹਾ।
ਜਿਹੜੇ ਬਾਈਆ ਸੀਟਾਂ ਤੇ ਬੈਠੇ ਨੇ ਸਾਰਿਆਂ ਨੇ ਪੰਗਾ ਹੀ ਲੈ ਲਿਆ ਵੀਰੇ, ਮੈਨੂੰ ਲੱਗਦਾ ਬੜੇ ਸਫਿਸਟੀਕੇਟਡ ਜਿਹੇ ਬਣੇ ਬੈਠੇ ਹੋ। ਜੀ ਤਾਂ ਸਾਰਾ ਨਾ ਕਰਦਾ ਹੁਣ ਤੈਨੂੰ, ਪਰ ਸਾਰੇ ਇੰਜੋਏ ਕਰੋ, ਵਧੀਆ ਲੱਗਦਾ। ਪਹਿਲਾਂ ਆਪਣੇ ਨਾਲ ਤੇ ਤਾੜੀ ਮਾਰੋ ਜਿਹੜੇ ਪਿੱਛੇ ਖੜੇ ਜਾਓ, ਮਿਹਰਬਾਨੀ ਸ਼ੁਕਰੀਆ। ਲੋ ਜੀ ਸੁੱਜਾ ਸੂਰਮਾ ਪੇਸ਼ ਕਰ ਲੱਗਿਆ, ਸੁੱਜਾ ਸੂਰਮਾ ਸਨੰਦਾ ਵੀ ਗਾ ਕੇ ਗਈ ਹੈ। ਮੈਂ ਆਖਿਆ ਸਾਊਂਡ ਵੀ ਵਧੀਆ ਤੇ ਗਾਉਣ ਵਾਲੀ ਕੁੜੀ ਵੀ ਠੀਕ ਹੈ, ਪਰ ਲੱਗਦਾ ਮੈਕ 'ਚ ਕੋਈ ਰੇਤਾ ਰੂਤਾ ਫਸਿਆ, ਉਹ ਮੈਂ ਕੱਢੂੰਗਾ, ਠੀਕ ਹੈ ਨਾ। ਮੈਂ ਦਿਖਾਉਣਾ ਕਿ ਸੁੱਜਾ ਸੂਰਮਾ ਗਾਇਆ ਕਿਵੇਂ ਜਾਂਦਾ। ਆਹਦਾ ਮੇਰੇ ਵੀਰਿਆ ਕੀ ਕਹਿੰਦਾ, ਸੁੱਜਾ ਸੂਰਮੇ ਨੇ ਕੰਮ ਇੱਦਾਂ ਦੇ ਕੀਤੇ ਨੇ ਕਿ ਗਾਉਣ ਵਾਲੇ ਨੂੰ ਵੀ ਕਹਿੰਦਾ ਕਿ ਪੁੱਤ ਜ਼ੋਰ ਲਾ ਕੇ ਗਾਈ, ਗੱਲ ਫੇਰ ਬਣੂਗੀ, ਸਹੀ ਗੱਲ, ਤੇ ਜ਼ੋਰ ਨਾਲ ਤੁਸੀਂ ਤਾੜੀ ਵਜਾਓਗੇ ਫੇਰ ਹੀ ਗੱਲ ਬਣੂਗੀ। ਤਾੜੀਆਂ ਗਲੂਕੋਜ਼ ਦਾ ਕੰਮ ਕਰਦੀਆਂ ਨੇ ਮੂਹਰੋਂ, ਤਾੜੀ ਵੈਸੇ ਵੀ ਬੰਦਾ ਮਾਰਦਾ ਰਹੇ ਨਾ ਇੱਕੋ ਪ੍ਰੈਸ਼ਰ ਬਣਦਾ, ਤੰਦਰੁਸਤ ਰਹਿੰਦਾ। ਤੁਸੀਂ ਦੇਖਿਆ ਨੀ ਜਿਹੜੇ ਕਿੰਨਰ ਹੁੰਦੇ ਨੇ ਖੁਸਰੇ, ਕਿੰਨੇ ਤੰਦਰੁਸਤ ਹੁੰਦੇ ਨੇ। ਪਤਾ ਹੋ ਜਾ ਮੂੰਹ ਤੇ ਮਾਰੂ, ਸਹੀ ਗੱਲ ਹੈ ਨਾ। ਓਏ ਭਾਬੀ ਬਲਬੀਰੋ ਕਾਣੀ ਕਰਦੀ ਮੈਨੂੰ ਤਾਂ ਮਰ ਜਾਣੀ, ਸੁੱਚੇ ਦੇ ਫੜਕਣ ਡੋਲੇ ਡੋਲੇ ਆ ਡੋਲੇ ਭੱਲੇ ਬਈ, ਸੁੱਚੇ ਦੇ ਫੜਕਣ ਡੋਲੇ ਮੋਢੇ ਤੇ ਬੰਦੇ ਬੰਦੇ ਕਾਣੀ, ਅੰਤ ਵੇਲਾ ਗਿਆ ਸੀ ਖੁੱਕਰ ਦੀ ਮਸ਼ਹੂਰ ਦੇਖੀ ਕਦੇ ਓ ਦੱਬਦੀ ਨਾ, ਘੋੜਾ ਨਹੀਂ ਦੱਬਣਾ, ਐਂ ਕਹਿ ਕੇ ਘੋੜਾ ਨਹੀਂ ਦੱਬਣਾ। ਕੀ ਕਹਿੰਦਾ ਸੁਣ ਕੇ ਮੇਰੇ ਵੀਰਿਆ, ਆਦਾ ਬਈ ਓਏ ਦੇਖ ਕੇ ਬਾਈ ਸੱਟ ਫੇਰ ਨਾ ਖਾ ਲਿਓ, ਫੌਜ ਚੋਂ ਲੈ ਕੇ ਛੁੱਟੀ
ਕਦੀ ਹੀ ਸੁਣਦਾ ਸੀ ਖੜੇ ਪਰਤਿਆ ਰੋਂਦਾ ਨਾ ਪਤਾ ਤੋੜਦਾ ਹੁਣੇ ਨਾ ਭਾਣ ਵਿੱਚਿਆ ਤਾੜੀ ਮਾਰੋ ਜੀ ਖੁੱਲ ਕੇ ਮਿਹਰਬਾਨੀ ਸ਼ੁਕਰੀਆ ਇੱਕ ਮੇਰਾ ਜੀ ਕਰਦਾ ਗਾਉਣ ਨੂੰ ਦਿਲੋਂ ਗਾਦਾ ਤਾਂ ਦੇਖਣ ਲੱਗੀ ਆ ਮੈਨੂੰ ਪਿੱਛੇ ਮੁੜ ਕੇ ਲੱਗਦਾ ਤਿਆਰੀ ਉਹਦੀ ਹਾਂ ਦੀ ਦੇਖੋ ਕੁਛ ਗੀਤਾਂ 'ਚ ਪਤਾ ਲੱਗਦਾ ਕਿ ਬੰਦੇ ਨੂੰ ਮਾੜਾ ਮੋਟਾ ਆਉਂਦਾ ਵੀ ਆ ਕਿ ਨਹੀਂ ਚੱਕ ਲਓ ਤੱਕ ਲਓ ਤਾਂ ਰੋਤਾ ਹੀ ਕਰੀ ਜਾਣਗੇ ਵਿੱਚ ਤਕੜ 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 ਕਈ ਸਾਲਾਂ ਤੋਂ ਜੀਨੂੰ ਚਾਹੁੰਦਾ ਸੀ ਮੈਂ ਰੱਬ ਦੇ ਵਾਂਗ ਤੇ ਆਉਂਦਾ ਸੀ ਮੈਂ ਚੋਰੀ ਚੋਰੀ ਤੱਕ ਕੇ ਉਹਨੂੰ ਆਪਣਾ ਦਿਲ ਸਮਝ ਆਉਂਦਾ ਸੀ ਮੈਂ ਜਿਹਦੇ ਪਿੱਛੇ ਮਿੱਤਰਾਂ ਨੇ ਉਹ ਕੀਤੀ ਪਰਵਾਨਾ ਤੂੰ ਪਛਾਣਦੀ ਐ ਦੇਖਣ ਲੱਗੀ ਆ ਮੈਨੂੰ ਪਿੱਛੇ ਮੁੜ ਕੇ ਹੋ ਲੱਗਦਾ ਤਿਆਰੀ ਉਹਦੀ ਹਾਂ ਦੀ ਐ ਦੇਖਣ ਲੱਗੀ ਆ ਮੈਨੂੰ ਪਿੱਛੇ ਮੁੜ ਕੇ ਹੋ ਲੱਗਦਾ ਤਿਆਰੀ ਉਹਦੀ ਹਾਂ ਦੀ ਐ ਉਹਦੀ ਹੀ ਗਲਾਸ ਵਿੱਚ ਫੁੱਲ ਵੜ ਜਾਈਦਾ ਜਿੱਥੇ ਉਹਨੇ ਲੰਘਣਾ ਹੈ ਪਹਿਲਾਂ ਖੜੀ ਜਾਈਦਾ ਉਹਦੀ ਹੀ ਸਹੇਲੀ ਰੱਖੀ ਆਪਾਂ ਖਬਰੀ ਉਹ ਖਬਰ ਦਿੰਦੀ ਦੋ ਹਰ ਥਾਂ ਦੀ ਐ ਇਹ ਗਾਣਾ ਅਜੀਤਪਾਲ ਨੂੰ ਡੈਡੀਕੇਟ ਹੈ ਜੀ ਸਾਡੇ ਭਰਾ ਭਰਜਾਈ ਵੀ ਇੱਥੇ ਹੈ ਮੈਡਮ ਜੀ ਅਜੀਤਪਾਲ ਦੀ ਗੱਲ ਹੋ ਰਹੀ ਹੈ ਤੁਹਾਡੇ ਘਰ ਵਾਲੇ ਦੀ ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ ਮੈਂ ਵੀ ਸੰਗਦੀ ਸੰਗਦੀ ਬੁੱਲਾਂ ਚੋਹਾਂ ਕਹਿ ਗਈ ਹੁਣ ਮੇਰਾ ਦਿਲ ਵੀ ਬਸ ਉਹਦੇ ਲਈ ਧੜਕੂਗਾ
ਬੋਲਣੇ ਨੂੰ ਤਰਸੂਗਾ, ਕਹਿੰਦਾ ਫੇਰ ਕਿੱਥੇ ਮੈਡਮ ਜੀ ਦਰਸ਼ਨ ਹੋਣਗੇ, ਜਿੱਥੇ ਅੱਜ ਮਿਲੇ ਹਾਂ ਉਸੇ ਹੀ ਥਾਂ ਕਹਿ ਆਈਆਂ। ਉਹ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਿਆ ਨੀ, ਹੋ ਰੱਬ ਪੂਜੇ ਨੇ ਤੇਰੇ ਆਵਣ ਲਈ, ਰੱਬ ਪੂਜੇ ਨੇ ਤੈਨੂੰ ਪਾਵਣ ਲਈ, ਸੁੱਖਾਂ ਸੁਖੀਆਂ ਮੈਂ ਸੱਜਣਾ ਤੇਰੇ ਨਾਮ ਲਿਖਾਵਣ ਲਈ। ਵੇ ਮੈਂ ਡਰਦੀ ਆਂ ਤਾਂਹੀਓ ਲੜਦੀ ਨਾ, ਵੱਖ ਹੋ ਨਾ ਬੈਠਾ ਤੈਨੂੰ ਪਾਉਣ ਤੋਂ ਪਹਿਲਾਂ ਵੀ ਡਰਦਾ ਏ ਕਿਤੇ ਖੋ ਨਾ ਬੈਠਾ। ਗੁਰਦਾਸ ਮਾਨ ਸਾਹਿਬ, ਪੀੜ ਤੇਰੇ ਜਾਣਦੀ ਕਿੱਦਾਂ ਜਰਾਂਗਾ ਮੈਂ ਤੇਰੇ ਬਗੈਰ, ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਪੀੜ ਤੇਰੇ ਜਾਣਦੀ। ਗੁਰਦਾਸ ਮਾਨ ਸਾਹਿਬ ਬਾਬਾ ਜੀ ਲਈ ਜ਼ੋਰਦਾਰ ਤਾੜੀਆਂ ਖੁੱਲ ਕੇ। ਹੁਣ ਕੀ ਕਹਿੰਦੀ ਆ, ਜੇ ਤਿੰਨ ਚਾਰ ਗੱਭਰੂ ਹਲਾ ਕੇ ਕੀਤੇ ਨਾ ਫਿਰ ਫਾਇਦਾ ਕੀ, ਪਲਾਜ਼ੋ ਪਾ ਕੇ ਨਿਕਲੀ ਦਾ ਕੁੜੀਆਂ ਪਲਾਜ਼ੋ ਪਾ ਕੇ ਆਈਆਂ ਹੋਣੀਆਂ ਅੱਜ ਹਨਾ। ਚਲੋ ਸ਼ੁਕਰ ਹੈ ਕੋਈ ਵਰਦੀ ਤਾਂ ਨਹੀਂ ਹੈਗੀ ਉੱਥੇ। ਹਾਂ ਜੀ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਧਾਲੀਵਾਲ ਸਾਹਿਬ, ਗੁਰਮੀਤ ਸਿੰਘ ਧਾਲੀਵਾਲ ਜੀ। ਇੰਨਾ ਵੱਡਾ ਇਕੱਠ ਕਰਨਾ ਸੌਖੀ ਗੱਲ ਨਹੀਂ ਹੈਗੀ ਜੀ, ਬਹੁਤ ਸਾਰੇ ਕਾਲਜਾਂ 'ਚ ਅਸੀਂ ਪ੍ਰੋਗਰਾਮ ਕਰਨ ਜਾਂਦੇ ਹਾਂ, ਪਰ ਬਾਕੀ ਤੁਸੀਂ ਵਧਾਈ ਦੇ ਪਾਤਰੋਂ। ਜ਼ੋਰਦਾਰ ਤਾੜੀਆਂ ਲਈ ਬਾਬਾ ਫਰੀਦ ਕਾਲਜ, ਸਾਡੇ ਇਲਾਕੇ ਦਾ, ਸਾਨੂੰ ਆਪਣਾ ਜਿਹਾ ਲੱਗਦਾ ਹੁੰਦਾ ਕਈ ਵਾਰੀ ਵੀ ਇਹ ਸਾਡਾ ਹੀ ਹੈ। ਸਹੀ ਗੱਲ ਨਾ, ਤੀਜਾ ਰੱਖੀ ਮੇਰੇ ਵੀਰਿਆ। ਹੋਏ ਡਾਲ ਸਿੱਧਾ ਜਾਪੇ ਤੂੰ ਫਰੂਟ ਸੋਣੀਏ, ਹੋ ਲੱਗੇ ਕਿਸੇ ਪਰੀ ਦਾ ਸਰੂਪ ਸੋਣੀਏ, ਦੇਖਾਂਗੇ ਹੁਸਨ ਕੀ ਕਾਰ ਕਰੂਗਾ। ਇਹਦਾ ਨੀ ਮੈਂ ਦੱਸਦਾ, ਦੇਖਾਂਗੇ ਹੁਸਨ ਕੀ ਕਾਰ ਕਰੂਗਾ, ਪਹਿਲੇ ਤੋੜਦੀ ਸ਼ਰਾਬ ਮੰਗੂ ਮਿੱਤਰੀ ਦਾ। ਜੇ ਤਿੰਨ ਚਾਰ ਗੱਭਰੂ ਖਲਾਕ ਕੀਤੇ ਨਾ, ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ। ਹੋ ਡਾਲ ਸਿੱਧਾ ਦਾਪੇ ਤੂੰ ਫਰੂਟ ਸੋਣੀਏ,
ਮੈਂ ਚੰਗੀ ਲੱਗਦੀ ਆ ਜੀ ਮੈਨੂੰ। ਹਾਂਜੀ ਕੀ ਮੈਂ ਝੂਠ ਬੋਲਿਆ? ਕੋਈ ਨਾ, ਕੀ ਮੈਂ ਝੂਠ ਬੋਲਿਆ? ਕੋਈ ਨਾ। ਮੈਡਮ ਦੇ ਲੋਟਣ ਕੰਨਾਂ ਦੇ ਉਹ ਵੀ ਮੈਚਿੰਗ ਹੋਏ, ਕੰਨਾਂ ਦੇ ਲੁੱਟਣ ਦਿਲ ਲੁੱਟਦੇ ਉਹਦੀ ਧਰਤੀ ਜਵਾਨੀ ਠਾਠਾ ਮਾਰਦੀ, ਟਾਊਨ ਚ ਲਿਆਈ ਜਾਵੇ ਨੇਰੀਆਂ, ਬਾਬਾ ਫਰੀਦ ਚ ਲਿਆਈ ਜਾਵੇ ਨੇਰੀਆਂ, ਹੋਏ ਸੱਪ ਵਾਂਗੂ ਮੇਲੇ ਗੁੱਟਣਾ। ਪੂਰੇ ਜਵਾਨ ਪਿਓ ਜੀ, ਕਿਸੇ ਗੱਲ ਹੈ ਟਾਊਨ ਚ ਲਿਆਈ ਜਾ ਬਨੇਰੀਆਂ, we'll be right back.
ਕਦੇ ਹਾਂ ਕਰਕੇ ਓ ਬੱਲੇ 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 ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਿਹੜਾ ਦੇ ਦੇਣੀ ਮਟਿਆਰੇ ਲੰਮੀ ਬਾਹ ਕਰਕੇ ਕਿਹੜਾ ਦੇ ਦੇਣੀ ਮਟਿਆਰੇ ਲੰਮੀ ਬਾਹ ਕਰਨੀ
Oh,
ਜੂਨ ਦੀਆਂ ਛੁੱਟੀਆਂ ਚ ਬੂਆ ਕੋਲੇ ਆਉਣਾ। ਆਂਟੀ ਨਾ ਕਿਨੇ ਕਿਨੇ ਸੈੱਟ ਕੀਤਾ ਆਪਣੇ ਆਪਣੇ ਟਾਈਮ ਚ, ਆ ਗਈ ਫੋਟੋ ਆ ਗਈ। ਕਈ ਵਾਰੀ DD2 ਵੀ ਖਿੱਚ ਲੈਂਦਾ ਹੁੰਦਾ ਸੀਮੀ ਕਣੀ ਦੇ ਵਿੱਚ, ਸਹੀ ਗੱਲ ਨਾ। ਉਹਦਾ ਜੂਨ ਦੀਆਂ ਛੁੱਟੀਆਂ ਚ ਬੂਆ ਕੋਲੇ ਆਉਣਾ, ਤਪਦੀ ਦੁਪਹਿਰ ਵਿੱਚ ਤੱਟ ਤੇ ਖਲੋਣਾ। Oh,
ਹਾਜ਼ਰੀ ਕਬੂਲ ਕਰਿਓ। ਪਰਮਾਤਮਾ ਨੇ ਫੇਰ ਚਾਹਿਆ ਕਿ ਆਪਾਂ ਪੂਰਾ ਪ੍ਰੋਗਰਾਮ ਕਰਨਾ ਮੰਗੇ, ਜਦੋਂ ਸਿਰਫ ਮੈਂ ਇਕੱਲਾ ਹੀ ਹੋਊਂਗਾ, ਤੁਸੀਂ ਕਹੋਗੇ ਗਾਈ ਚੱਲ, ਮੈਂ ਕਹੂੰਗਾ ਚੱਲੀ ਚਲੋ, ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਡੇ ਰੂਬਰੂ ਹੋਣ ਨੇਹਾ ਕੱਕੜ ਜੀ, ਉਹਨਾਂ ਲਈ ਜ਼ੋਰਦਾਰ ਤਾੜੀਆਂ। ਬਹੁਤ ਸੁਰੀਲੇ ਆਰਟਿਸਟ ਨੇ, ਬਹੁਤ ਵੱਡੇ ਆਰਟਿਸਟ ਨੇ, ਉਹਨਾਂ ਲਈ ਖੁੱਲ ਕੇ ਜ਼ੋਰਦਾਰ ਤਾੜੀ ਮਾਰੋ। ਸਹੀ ਆ, ਓਕੇ। ਆਮੀ ਬਾਬਾ ਨਾਨਕਾ ਤੂੰ ਜਾਮੀ, ਬਾਬਾ ਨਾਨਕਾ ਇਹੋ ਜੀਆਂ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਇੱਕ ਵਾਰ ਫਿਰ ਡਾਕਟਰ ਗੁਰਮੀਤ ਸਿੰਘ ਜੀ ਧਾਲੀਵਾਲ ਸਾਹਿਬ, ਸਾਡੇ ਚੇਅਰਮੈਨ ਸਾਹਿਬ, ਅਮਿਤੋਜ ਧਾਲੀਵਾਲ, ਸੋ ਉਹਨਾਂ ਦੇ ਵੀ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ। ਔਰ ਬਹੁਤ ਸਾਰੀਆਂ ਪਰਸਨੈਲਿਟੀਜ਼ ਜਿਹੜੀਆਂ ਇੱਥੇ ਤਸ਼ਰੀਫ ਫਰਮਾਏ, ਮੈਂ ਸਭ ਦਾ ਹੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ। ਮਾਣਯੋਗ ਸਰਦਾਰ ਵਿਕਰਮ ਸਿੰਘ ਜੀ ਮੁਫੜ ਸਾਹਿਬ, ਸੋ ਜ਼ਿਲ੍ਹਾ ਪ੍ਰਧਾਨ ਕਾਂਗਰਸ ਮਾਨਸਾ, ਉਹਨਾਂ ਦੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ। ਔਰ ਜਸਪਿੰਦਰ ਵੀਰ ਚਾਹਲ ਜੀ, ਸੋ ਜ਼ਿਲ੍ਹਾ ਯੂਥ ਪ੍ਰਧਾਨ ਕਾਂਗਰਸ, ਸੋ ਵੀ ਤਸ਼ਰੀਫ ਰੱਖਦੇ ਹੈ, ਸ਼ੁਕਰੀਆ ਮਿਹਰਬਾਨੀ। ਸੋ ਜਿਨ੍ਹਾਂ ਜਿਨ੍ਹਾਂ ਨੂੰ ਵਧੀਆ ਲੱਗਾ ਕਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸ ਦਿਓ ਜ਼ਰਾ। ਅੱਛਾ, ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ, ਕਿਉਂਕਿ ਕਹਿੰਦੇ ਨੇ ਕਿ ਦਿਲ ਬਦਲ ਜਾਤੇ ਹੈ, ਦਿਲਦਾਰ ਬਦਲ ਜਾਤੇ ਹੈ, ਵਕਤ ਆਨੇ ਪਰ ਯਾਰ ਬਦਲ ਜਾਤੇ ਹੈ, ਪਰ ਨਿਗਾਹੇ ਔਰ ਵੀ ਹੋਗੀ, ਨਜ਼ਾਰੇ ਔਰ ਵੀ ਹੋਗੇ, ਹਮਾਰੇ ਤੋ ਤੁਮ ਹੀ ਤੁਮ ਹੋ, ਤੁਮਾਰੇ ਔਰ ਵੀ ਹੋਗੇ। ਸੋ ਸਰੋਤੇ ਹਰ ਕਲਾਕਾਰ ਲਈ ਰੱਬ ਦਾ ਦਰਜਾ ਰੱਖਦੇ ਹੈ, ਸ਼ੁਕਰੀਆ ਮਿਹਰਬਾਨੀ। ਆਪਣੇ ਨਾਂ ਦੇ ਉੱਤੇ ਕਰੀ ਜ਼ੋਰਦਾਰ ਤਾੜੀਆਂ, ਥੈਂਕ ਯੂ। ਔਰ ਮੈਡਮ ਹੈਲੋ, ਹਾਂਜੀ, ਕੁਲਵਿੰਦਰ ਬਿੱਲਾ ਜੀ ਨੇ ਇੰਨਾ ਸੋਹਣਾ ਪਰਫਾਰਮ ਕੀਤਾ, ਉਹਨਾਂ ਦਾ ਸਨਮਾਨ ਕਰਨਾ ਬਣਦਾ ਹੈ, ਅਤੇ ਮੈਂ ਬੁਲਾਉਣਾ ਚਾਹਾਂਗੀ ਡਾਕਟਰ ਗੁਰਮੀਤ ਧਾਲੀਵਾਲ।